ਆਸ-ਪਾਸ ਵਾਲੇ ਪਿੰਡਾਂ ਤੋਂ ਅਤੇ ਰਾਤ ਦੇ ਹਨੇਰੇ ਦਾ ਫਾਇਦਾ ਲੈ ਕੇ ਅਵਾਰਾ ਪਸ਼ੂ ਸ਼ਹਿਰ ਦੇ ਵਿੱਚ ਛੱਡ ਜਾਂਦੇ ਆ। ਅਸੀਂ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਨਗਰ ਕੌਂਸਲ ਵੱਲੋਂ ਤੁਹਾਨੂੰ ਲਗਭਗ 50,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਮਦਨ ਲਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਚੱਲ ਰਹੀ ਸਫ਼ਾਈ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਸ ਮੌਕੇ ਗੱਲ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਸਫ਼ਾਈ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਪਹੁੰਚ ਰਿਹਾ ਹੈ। ਇਸ ਨਗਰ ਕੀਰਤਨ ਦੇ ਸਾਰੇ ਰੂਪ ਤੇ ਸਫ਼ਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸੇ ਸੰਬੰਧ ਵਿੱਚ ਅੱਜ ਸਥਾਨਕ VIP ਰੋਡ, ਅਕੈਡਮੀ ਰੋਡ, ਵਿਰਾਸਤ ਏ ਖਾਲਸਾ, ਕਿਲ੍ਹਾ ਆਨੰਦਗੜ੍ਹ ਰੋਡ ਆਦਿ ਸਥਾਨਾਂ ਦੀ ਸਫ਼ਾਈ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਵੀ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਦਾ ਭਰਿਆ ਟਰੱਕ ਸੁੱਖੇ ਮਾਜਰਾ ਸਥਿਤ ਗਊਸ਼ਾਲਾ ਵਿੱਚ ਭੇਜਿਆ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਵਾਈ ਜਾ ਸਕੇ। ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਬਲਾਕ ਪ੍ਰਧਾਨ ਆਪ ਜਗਜੀਤ ਸਿੰਘ ਜੱਗੀ ਠੇਕੇਦਾਰ ਅਤੇ ਦਵਿੰਦਰ ਸਿੰਘ ਛਿੰਦੂ, ਸਮੀ ਬਰਾਰੀ ਗਰੁੱਪ ਪ੍ਰਧਾਨ ਆਪ ਗੁਰਵਤਾਰ ਸਿੰਘ ਚੰਨ ਆਪ ਆਗੂ, ਕੈਪਟਨ ਅਨੂਪ ਸਿੰਘ ਆਪ, ਸੁਨੀਲ ਅਡਵਾਲ ਪ੍ਰਧਾਨ ਰੇਹੜੀ ਫੜੀ ਯੂਨੀਅਨ, ਹਰਦੀਪ ਸਿੰਘ ਬਬਲੀ, ਸੁੱਚਾ ਸਿੰਘ, ਰਾਮ ਲਾਲ, ਖੁਸਵਿੰਦਰ ਸਿੰਘ, ਬਲਜੀਤ ਸਿੰਘ ਸਰਵਣ, ਪਰਮਜੀਤ ਸੋਨੂ, ਅਨਿਲ ਕੁਮਾਰ, ਰੋਹਿਤ ਕੁਮਾਰ, ਹਰੀਸ਼ ਕਲਮਾ, ਲੋਕੇਸ਼ ਕੁਮਾਰ, ਓਮ ਪ੍ਰਕਾਸ਼, ਗੋਬਿੰਦ ਸਿੰਘ ਆਦਿ ਹਾਜ਼ਰ ਸਨ। ਨਾ ਉਹ ਕਹਿੰਦਾ ਮੂੰਹ ਨੂੰ ਪਾ ਕੇ ਗਲਾਮਾ ਜਿਹਾ ਬਣਾ ਲਾ ਇਹਦਾ ਮੂੰਹ ਦਾ।
ਇੱਕ ਨੂੰ ਚੜਾ ਲਓ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਸ਼ਹਿਰ ਦੇ ਵਿੱਚ ਸਫਾਈ ਮੁਹਿੰਮ ਵੱਡੇ ਪੱਧਰ 'ਤੇ ਚੱਲ ਰਹੀ ਹੈ। ਅਸੀਂ ਪਹਿਲਾਂ ਵੀ ਅੱਜ ਤੋਂ ਹਫ਼ਤਾ ਇੱਕ ਲਗਭਗ ਇੱਕ ਹਫ਼ਤੇ 10 ਦਿਨ ਤੋਂ ਲੱਗੇ ਹੋਏ ਹੈ, ਜਿਹਦੇ ਵਿੱਚ ਅਸੀਂ 40 ਤੋਂ 50 ਲਗਭਗ ਅਵਾਰਾ ਪਸ਼ੂ ਫੜ ਕੇ ਗਊਸ਼ਾਲਾ ਭੇਜੇ ਹੈ। ਅਤੇ ਅੱਜ ਵੀ ਅਸੀਂ 8-10 ਪਸ਼ੂ ਫੜ ਕੇ ਇੱਕ ਟਰੱਕ ਭਰ ਕੇ ਸੁੱਕੇ ਮਾਜਰਾ ਗਊਸ਼ਾਲਾ ਭੇਜ ਰਹੇ ਹੈ। ਅਤੇ ਸਫਾਈ ਵੀ ਜਾਰੀ ਹੈ, ਜਿਵੇਂ ਕਿ ਕੱਲ੍ਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਈ ਵਾਦੀ ਵਾਲਾ ਪਾਸਾ ਕਲੀਅਰ ਕੀਤਾ। ਅਤੇ ਅੱਜ ਅਕੈਡਮੀ ਰੋਡ, VIP ਰੋਡ ਸਾਰੇ ਪਾਸੇ ਸਾਡੇ ਜਿਹੜੇ ਵਰਕਰ ਹੈ, ਆਪਣੇ ਕਮੇਟੀ ਦੇ ਸਫਾਈ ਵਰਕਰ ਸਾਰੀ ਸਫਾਈ ਕਰ ਰਹੇ ਹੈ ਅਤੇ ਸਾਰੇ ਕੰਮ ਚੰਗੀ ਪੱਧਰ ਦੀ ਜਾਰੀ। ਮੁਹਿੰਮ ਤੁਸੀਂ ਚਲਾਈ ਹੈ, ਵਧਾਈ ਦੇ ਪਾਤਰ ਹੋ, ਪਰ ਜਿਹੜਾ ਪਸ਼ੂ ਫੜਨ ਦੇ ਬਾਵਜੂਦ ਵੀ ਕੁਛ ਸਮੇਂ ਬਾਅਦ ਵੀ ਜੇ ਫਿਰ ਜਿਹੜੀ ਭਰਮਾਰ ਹੋ ਜਾਂਦੀ ਹੈ, ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਪਸ਼ੂ ਛੱਡ ਜਾਂਦੇ ਇੱਦਾਂ? ਇਹਦੇ ਵਿੱਚ ਅਸੀਂ ਕਹਿੰਦੇ ਜਿਹੜੇ ਆਸ ਪਾਸ ਵਾਲੇ ਪਿੰਡਾਂ ਤੋਂ ਅਤੇ ਰਾਤ ਦੇ ਹਨੇਰੇ ਦਾ ਫਾਇਦਾ ਲੈ ਕੇ ਅਵਾਰਾ ਪਸ਼ੂ ਸ਼ਹਿਰ ਦੇ ਵਿੱਚ ਛੱਡ ਜਾਂਦੇ ਹੈ, ਅਸੀਂ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਨਗਰ ਕੌਂਸਲ ਵੱਲੋਂ ਤੁਹਾਨੂੰ ਲਗਭਗ 50,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਨਾਲ ਦੀ ਨਾਲੇ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਕੀ ਨਾਮ ਹੈ ਜੀ ਆਪਣਾ? ਮੈਂ ਜੀ ਮਦਨ ਲਾਲ, ਸੈਂਟਰ ਇੰਸਪੈਕਟਰ। ਅਸੀਂ ਸਰ ਮਨਪੁਰ ਜਿਹੜਾ ਆਪਣਾ ਸ਼ਹਿਰ ਦੇ ਵਿੱਚੋਂ ਲਗਭਗ 40 ਦੇ ਕਰੀਬ ਅਸੀਂ ਫੜ ਕੇ ਗਊਸ਼ਾਲਾ ਸੁੱਖੇ ਮਾਜਰੇ ਸਰਕਾਰੀ ਗਊਸ਼ਾਲਾ ਭੇਜੇ ਨੇ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਅੱਜ ਵੀ ਅਸੀਂ ਇੱਥੋਂ 8 ਫੜੇ ਨੇ, ਇਹ ਵੀ ਭੇਜ ਰਹੇ ਨੇ। ਅਤੇ ਅਸੀਂ ਲੋਕਾਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਆਹ ਅਵਾਰਾ ਪਸ਼ੂ ਹੈ ਇਹ ਅਸੀਂ ਫੜਨਾ, ਜਿਹੜਾ ਆਪਣਾ ਘਰੇਲੂ ਪਸ਼ੂ ਹੈ ਇਹਨਾਂ ਬੰਨ੍ਹ ਕੇ ਰੱਖਿਆ ਜਾਵੇ। ਜੇ ਕਿਸੇ ਦਾ ਘਰੇਲੂ ਪਸ਼ੂ ਫੜਿਆ ਜਾਂਦਾ ਜੇ ਉੱਥੇ ਗਊਸ਼ਾਲਾ ਭੇਜ ਦਿੱਤਾ ਜਾਊਗਾ, ਉਹਨੂੰ ਵਾਪਸ ਨਹੀਂ ਕੀਤਾ ਜਾਊਗਾ ਅਤੇ ਉਹਦਾ ਜੁਰਮਾਨਾ ਵੀ ਅਸੀਂ ਵਸੂਲ ਕਰਾਂਗੇ।